ਦੋਸਤੋ ਸਕਰੀਨ ਦੇ ਉੱਤੇ ਤੁਸੀਂ ਜੋ ਫੋਟੋਸ ਦੇਖ ਰਹੇ ਹੋ ਆ ਫੋਟੋਸ ਹੈਗੀਆਂ ਨੇ ਜਰਮਨ ਦੇ ਇੱਕ ਵਿਦਵਾਨ ਕਾਰਲ ਮਾਰਕਸ ਦੀਆਂ ਵੈਸੇ ਤਾਂ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਅੱਜਕੱਲ ਜਣਾ ਹੀ ਜਣਾ ਖਣਾ ਹੀ YouTube ਚੈਨਲ ਉੱਤੇ ਵਿਚਾਰ ਦੇਣ ਲੱਗਿਆ ਹੋਇਆ ਸਾਰਿਆਂ ਨੂੰ ਇਹ ਲੱਗਦਾ ਕਿ ਮੈਂ ਕੋਈ ਵੱਡਾ ਵਿਦਵਾਨ ਬਣ ਗਿਆ ਪਰ ਅਸਲ ਵਿਦਵਾਨ ਉਹ ਨੇ ਜਿਨ੍ਹਾਂ ਦੇ ਥੋਟ ਦੇ ਉੱਤੇ ਜਿਨ੍ਹਾਂ ਦੇ ਵਿਚਾਰ ਦੇ ਉੱਤੇ ਨਵੇਂ ਦੇਸ਼ ਉਸਰੇ ਜਿਨ੍ਹਾਂ ਦੇ ਵਿਚਾਰ ਦੇ ਉੱਤੇ ਕੋਈ ਪੋਲੀਟੀਕਲ ਪਾਰਟੀਆਂ ਉਸਰੀਆਂ ਨਵੀਆਂ ਨਹੀਂਆਂ ਉਸਰੀਆਂ ਕ੍ਰਾਂਤੀਆਂ ਉਠੀਆਂ ਜੋ ਸਮਾਜ ਦੇ ਵਿੱਚ ਚੇਂਜ ਲੈ ਕੇ ਆਏ ਜਿਹੜੇ ਲੋਕ ਸੋਸ਼ਲ ਜਿਨ੍ਹਾਂ ਕਰਕੇ ਮੂਵਮੈਂਟਸ ਖੜੀਆਂ ਹੋਈਆਂ ਜਿਨ੍ਹਾਂ ਕਰਕੇ ਵੱਡੇ ਵਿਦਰੋਹ ਹੋਏ ਜਿਨ੍ਹਾਂ ਦੇ ਵਿਚਾਰ ਨੇ ਇਸ ਦੁਨੀਆ ਨੂੰ ਇੱਕ ਨਮਾ ਰਾਹ ਦਿੱਤਾ ਉਹ ਲੋਕ ਵਿਦਵਾਨ ਨੇ ਸੋ ਜੇ ਤੁਸੀਂ ਫੋਟੋਸ ਦੇਖ ਰਹੇ ਹੋ ਫੋਟੋਸ ਹੈਗੀਆਂ ਨੇ ਕਾਲ ਮਾਰਕਸੀਆਂ ਕਾਲ ਮਾਰਕਸ ਜਰਮਨ ਦਾ ਇੱਕ ਵੱਡਾ ਵਿਦਵਾਨ ਸੀ ਜਾਂ ਕਹਿ ਲੋ ਕਿੰਨੇ ਹੀ ਗੁਣ ਸੀ ਜਿਹੜੇ ਇਸ ਇਨਸਾਨ ਦੇ ਵਿੱਚ ਸੀ ਆਹ ਇਨਸਾਨ ਇੱਕ ਟੀਚਰ ਵੀ ਸੀ ਇੱਕ ਫਿਲਾਸਫਰ ਵੀ ਸੀ ਆਹ ਇਨਸਾਨ ਇੱਕ ਆਰਥਿਕ ਮਾਹਿਰ ਵੀ ਸੀ ਇੱਕ ਪੱਤਰਕਾਰ ਵੀ ਸੀ ਆਹ ਇਨਸਾਨ ਕਿੰਨਾ ਕੁਸ਼ ਕਹਿ ਲੋ ਕਿ ਤੁਸੀਂ ਕਿੰਨਾ ਕੁਸ਼ ਇਸ ਇਨਸਾਨ ਦੇ ਜਿਹੜਾ ਹੈਗਾ ਉਹ ਦੇਖੋਗੇ ਜਰਮਨ ਫਿਲਾਸਫਰ ਆਰਥਿਕ ਮਾਹਿਰ ਇੱਕ ਹਿਸਟੋਰੀਅਨ ਸੋਸਾਇਓਲੋਜਿਸਟ ਪੋਲੀਟੀਕਲ ਥੀਓਰੀਸਟ ਜਰਨਲਿਸਟ ਇਹ ਟਿਕ ਆਫ ਆ ਪੋਲਿਟੀਕਲ ਇਕਨੋਮੀ ਐਂਡ ਸੋਸ਼ੀਓਲੋਜਿਸਟ ਰੈਵਲੂਸ਼ਨਰੀ ਤਾਂ ਤੁਸੀਂ ਐਂ ਕਹ ਲਓ ਕਿ ਇਸ ਇਨਸਾਨ ਦੇ ਵਿਚਾਰ ਦੇ ਉੱਤੇ ਵੱਡੀਆਂ ਵੱਡੀਆਂ ਜਿਹੜੀਆਂ ਲਹਿਰਾਂ ਨੇ ਬਗਾਵਤਾਂ ਨੇ ਉਹ ਖੜੀਆਂ ਹੋਈਆਂ ਜਰਮਨ ਤੋਂ ਲੈ ਕੇ ਕਿੰਨੇ ਹੀ ਦੇਸ਼ਾਂ ਦੇ ਵਿੱਚ ਕਾਰਲ ਮਾਰਕਸ ਦੇ ਵਿਚਾਰ ਨੂੰ ਅੱਗੇ ਵਧਾਉਂਦੇ ਆ ਕਿੰਨੀਆਂ ਹੀ ਲਹਿਰਾਂ ਉਤਪਨ ਹੋਈਆਂ ਜਿਨ੍ਹਾਂ ਨੇ ਸਮਾਜ ਦੇ ਵਿੱਚ ਹਕੂਮਤਾਂ ਦੇ ਖਿਲਾਫ ਬਗਾਵਤ ਖੜੀ ਕੀਤੀ ਤਾਂ ਖਾਸ ਕਰਕੇ ਬੜਾ ਕੁਝ ਇਹਨਾਂ ਦਾ ਰਿਟਰਨ ਦੇ ਵਿੱਚ ਵੀ ਹੈਗਾ ਜਿਦੇ ਚੋਂ ਦਾਸ ਕੈਪੀਟਲ ਤੁਸੀਂ ਇਹਨਾਂ ਦੀ ਪੜ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਹੈ ਉਹ ਤੁਸੀਂ ਦੇਖੋ ਇਸ ਤੋਂ ਲਾਵਾ ਹੋਰ ਕਿੰਨੀਆਂ ਹੀ ਕਿਤਾਬਾਂ ਨੇ ਜਿਹੜੀਆਂ ਹੈਗੀਆਂ ਨੇ ਜਾਂ ਇਹਨਾਂ ਦੀ ਜਿਹੜੀ ਤੁਸੀਂ ਕਹਿੰਦੇ ਕੋਈ ਰਿਸਰਚ ਹੈ ਉਹ ਆਪਣੇ ਕੋਲ ਹੈਗੀ ਹੈ ਤੇ ਖਾਸ ਕਰਕੇ ਸੱਚਮੁੱਚ ਹੀ ਵੱਡੇ ਬੰਦੇ ਸੀ ਤੇ ਬੜਾ ਕੁਝ ਇਹਨਾਂ ਦੀ ਥਿਓਰੀਜ਼ ਜਿਹੜੀਆਂ ਸੀ ਉਹਨਾਂ ਤੋਂ ਬੜੀਆਂ ਬਗਾਵਤਾਂ ਉੱਠੀਆਂ ਬੜੀਆਂ ਉਹਨਾਂ ਤੋਂ ਗਿਲਹੇਰਾਂ ਬਣੀਆਂ ਬੜੀਆਂ ਰਾਜਨੀਤਿਕ ਪਾਰਟੀਆਂ ਬਣੀਆਂ ਅੱਜ ਵੀ ਆਪਾਂ ਦੇਖਦੇ ਹਾਂ ਕਿ ਕਿੰਨੀ ਹੀ ਰਾਜਨੀਤਿਕ ਪਾਰਟੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਲੈਫਟ ਵਿੰਗ ਕਹਿੰਦੇ ਆ ਕਿ ਕਾਲ ਮਾਰਕਸ ਦੇ ਉਹ ਜਿਹੜੇ ਵਿਚਾਰ ਨੇ ਉਹਨਾਂ ਤੋਂ ਪ੍ਰਭਾਵਿਤ ਨੇ ਤੇ ਉਸ ਦਿਸ਼ਾ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਅੱਗੇ ਉਹ ਲੜਾਈ ਲੜ ਰਹੀਆਂ ਨੇ ਤਾਂ ਸੱਚਮੁੱਚ ਜਰਮਨ ਦਾ ਇਨਸਾਨ ਇੱਕ ਵਟਾ ਬੰਦਾ ਹੋਇਆ ਤੇ ਕਿੰਨਾ ਹੀ ਕੁਸ਼ ਇਹਨਾਂ ਨੇ ਲਿਖ ਕੇ ਰੱਖਿਆ ਹੋਇਆ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਠੀਕ ਹੈ ਹਰ ਇੱਕ ਚੀਜ਼ੇ ਸਾਰੇ ਪਹਿਲੂ ਹੁੰਦੇ ਨੇ ਕ੍ਰਿਟਿਕ ਇਹਨਾਂ ਦਾ ਵੀ ਕਿਤੇ ਨਾ ਕਿਤੇ ਹੈਗਾ ਉਹਨਾਂ ਨੂੰ ਵੀ ਕਈ ਗੱਲਾਂ ਕਰਕੇ ਉਹ ਕੀਤਾ ਜਾਂਦਾ ਪਰ ਚਲੋ ਠੀਕ ਹੁੰਦਾ ਕਿ ਆਪਾਂ ਨੂੰ ਕੋਈ ਚੀਜ਼ਾਂ ਇਹੋ ਜਿਹੀਆਂ ਹੋਣੀਆਂ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਆਉਂਦੀਆਂ ਨੇ ਐਕਸੈਪਟ ਕਰਨੀ ਚਾਹੀਦੀਆਂ ਨੇ ਸਾਨੂੰ ਤਾਂ ਸੋ ਦੋਸਤੋ ਸੱਚਮੁੱਚ ਹੋਈ ਤੁਸੀਂ ਦੇਖ ਸਕਦੇ ਹੋ ਕਿ ਕਦੇ ਤੁਸੀਂ ਤੁਹਾਨੂੰ ਟਾਈਮ ਲੱਗਿਆ ਤੁਸੀਂ ਦਾਸ ਕੈਪੀਟਲ ਜਾ ਫਿਰ ਤੁਸੀਂ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਜਾਂ ਜਿਹੜੀਆਂ ਹੋਰ ਲਿਖਤਾਂ ਇਹਨਾਂ ਦੀ ਹੱਥ ਲਿਖਤਾਂ ਹੈਗੀਆਂ ਨੇ ਉਹ ਤੁਸੀਂ ਪੜ੍ਹ ਕੇ ਦੇਖਿਓ ساری ਉਮਰ ਇਸ ਇਨਸਾਨ ਦੇ ਪਿੱਛੇ ਸਰਕਾਰਾਂ ਪਈਆਂ ਰਹੀਆਂ ساری ਉਮਰ ਹਕੂਮਤਾਂ ਨੇ ਇਸ ਇਨਸਾਨ ਨੂੰ ਭਜਾਇਆ ਕਿਉਂਕਿ ਇਸ ਇਨਸਾਨ ਦੇ ਕਲਮ ਤੋਂ ਹੋਲੋਕ ਡਰਦੇ ਸੀ ਇਸ ਇਨਸਾਨ ਦੇ ਲਿਖਤ ਤੋਂ ਹੋਲੋਕ ਡਰਦੇ ਸੀ ਕਿਉਂਕਿ ਜਿਹੜੇ ਇਹਨਾਂ ਦੇ ਵਿਚਾਰ ਸੀ ਉਹ ਪ੍ਰਭਾਵਿਤ ਕਰਦੇ ਸੀ ਲੋਕਾਂ ਨੂੰ ਸੋ ਕਦੇ ਟਾਈਮ ਲੱਗਿਆ ਤਾਂ ਤੁਸੀਂ ਜ਼ਰੂਰ ਇਹਨਾਂ ਦੀਆਂ ਲਿਖਤਾਂ ਜ਼ਰੂਰ ਪੜਿਓ